ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਮੇਰੇ ਯੂਟਿਊਬ ਚੈਨਲ ਦੇ ਵਿੱਚ। ਅਤੇ ਅੱਜ ਦਿਨ ਹੈਗਾ ਜੀ ਮੰਗਲਵਾਰ, ਤਰੀਕ ਹੈਗੀ ਹੈ 11 ਜੂਨ, ਅਤੇ ਮੈਂ ਆਪਣਾ ਬਲੌਗ ਜੀ ਸਵੇਰ ਤੋਂ ਸ਼ੁਰੂ ਕੀਤਾ। ਅਤੇ ਇੱਧਰ ਜੀ ਮੈਂ ਨਾ ਚਾਹ ਪੀ ਰਹੀ ਸੀ, ਨਾਲ ਚਾਹ ਪੀਣ ਦੇ ਨਾਲ ਨਾਲ ਮੈਂ ਆਪਣੇ ਆਲੂ ਵਗੈਰਾ ਕੱਟ ਲਏ, ਕਿਉਂਕਿ ਅੱਜ ਮੈਂ ਹੋਸਪਿਟਲ ਜਾਣਾ ਸੀ ਦਵਾਈ ਲੈਣ ਵਾਸਤੇ, ਟੈਸਟ ਵੀ ਕਰਾਉਣੇ ਸੀਗੇ। ਮੇਰੀ ਕਾਫੀ ਦਿਨ ਤੋਂ ਨਾ, ਹਫ਼ਤਾ ਹੋ ਗਿਆ, ਤਬੀਅਤ ਕਾਫੀ ਜ਼ਿਆਦਾ ਖਰਾਬ ਹੈ। ਪੂਰੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਪੇਨ ਵਗੈਰਾ ਹੋ ਰਿਹਾ, ਚੱਕਰ ਵਗੈਰਾ ਵੀ ਬਹੁਤ ਜ਼ਿਆਦਾ ਆ ਰਹੇ ਸੀਗੇ। ਹੁਣ ਫਿਰ ਅੱਜ ਹੋਸਪਿਟਲ ਜਾ ਕੇ ਆ ਗਈ ਹਾਂ ਮੈਂ, ਅਤੇ ਹਾਲੇ ਉਹਨਾਂ ਨੇ ਯੂਰੀ ਟੈਸਟ ਕੀਤਾ, ਅਤੇ ਰਿਪੋਰਟਾਂ ਕੱਲ੍ਹ ਆਉਣਗੀਆਂ, ਫਿਰ ਦਵਾਈ ਵਗੈਰਾ ਦੇਣਗੇ। ਵੀ ਜਿਹੜੀ ਵੀ ਪ੍ਰੋਬਲਮ ਆਊਗੀ ਹੁਣ ਟੈਸਟ ਦੇ ਵਿੱਚ, ਟੈਸਟ ਤਾਂ ਮੈਂ ਕਰਾਇਆ ਹੀ ਹਾਂ। ਅਤੇ ਆ ਕੇ ਜੀ ਫਟਾਫਟ ਘਰ ਪਹਿਲਾਂ ਨਾਸ਼ਤਾ ਕੀਤਾ, ਨਾਸ਼ਤਾ ਕਰਕੇ ਹੀ ਨਹੀਂ ਗਏ ਸੀਗੇ। ਅਤੇ ਡਾਕਟਰ ਵੈਸੇ ਛੇਤੀ ਆਉਂਦੇ ਸੀ, ਅੱਜ ਡਾਕਟਰ ਨਾ ਕਾਫੀ ਲੇਟ ਆਏ ਆ ਘੰਟਾ, ਅਤੇ ਉੱਥੇ ਕਾਫੀ ਟਾਈਮ ਲੱਗ ਗਿਆ ਨਾਸ਼ਤਾ ਨੁਸ਼ਤਾ ਕਰਕੇ। ਅਤੇ ਹੁਣ ਦੁਪਹਿਰ ਦੀ ਸਬਜ਼ੀ ਵਗੈਰਾ ਬਣਾ ਰਹੀ ਹਾਂ, ਅਤੇ ਹੁਣ ਵੀ ਨਾ ਮੇਰੀ ਲੱਤਾਂ ਬਹੁਤ ਜ਼ਿਆਦਾ ਦੁੱਖ ਰਹੀਆਂ ਸੀ, ਖੜਿਆ ਨਹੀਂ ਜਾ ਰਿਹਾ ਸੀ। ਕੜਾਹੀ ਦੇ ਵਿੱਚ ਤੇਲ ਪਾ ਕੇ ਨਾ ਮੈਂ ਫਿਰ ਬਾਹਰ ਬਹਿ ਗਈ ਸੀ, ਅਤੇ ਹੁਣ ਬੜੀ ਮੁਸ਼ਕਿਲ ਨਾਲ ਉੱਠ ਕੇ ਆਈ ਹਾਂ। ਲੱਤਾਂ ਨਾ ਬਹੁਤ ਪੰਜੇ ਜਿਹੇ ਬਹੁਤ ਜ਼ਿਆਦਾ ਦੁਖਦੇ ਪਏ ਨੇ, ਪਿੰਨੀਆਂ ਜੀਆਂ, ਅਤੇ ਅੱਡੀਆਂ ਵੀ ਬਹੁਤ ਜ਼ਿਆਦਾ ਦਰਦ ਕਰਦੀ ਪਈਆਂ, ਬਾਹਾਂ ਤੱਕ ਦਰਦ ਕਰਦੀ ਪਈਆਂ, ਇੰਨੀ ਜ਼ਿਆਦਾ ਪੇਨ ਹੋ ਰਹੀ ਹੈ। ਅਤੇ ਅੰਦਰੋਂ ਬੁਖਾਰ ਜਿਹਾ ਵੀ ਲੱਗਦਾ ਰਹਿੰਦਾ। ਅਤੇ ਚਲੋ ਜੀ, ਹੁਣ ਤਾਂ ਜਦੋਂ ਟੈਸਟ ਦੇ ਵਿੱਚ ਜਿਹੜੀ ਵੀ ਪ੍ਰੋਬਲਮ ਆਊਗੀ ਉਸ ਹਿਸਾਬ ਨਾਲ ਦਵਾਈ ਖਾਵਾਂਗੇ, ਹੁਣ ਅੱਜ ਦਾ ਦਿਨ ਤਾਂ ਦਰਦ ਨੂੰ ਝੱਲਣਾ ਹੀ ਪੈਣਾ। ਅਤੇ ਲਓ ਜੀ, ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਹੈ, ਬਹੁਤ ਜ਼ਿਆਦਾ ਹੈ, ਤੱਤੀਆਂ ਹਵਾਵਾਂ ਚੱਲਦੀਆਂ ਨੇ, ਪੂਰੇ ਘਰ ਦੇ ਵਿੱਚ ਤਾਂ ਪਛ ਮਾਰਦੀ ਹੈ। ਅਤੇ ਸਬਜ਼ੀ ਵਗੈਰਾ ਫਟਾਫਟ ਆ ਕੇ ਮੈਂ ਬਣਾ ਲਈ ਸੀ, ਆਟਾ ਉੱਟਾ ਗੁੰਨ ਲਿਆ ਸੀ, ਅਤੇ ਭਾਂਡੇ ਮੈਂ ਪਹਿਲਾਂ ਮਾਂਜ ਕੇ ਗਈ ਸੀਗੀ, ਥੋੜ੍ਹੇ ਜਿਹੇ ਭਾਂਡੇ ਹੋਰ ਸੀ, ਫਿਰ ਮੈਂ ਹੋਰ ਮਾਂਜੇ ਹੈ। ਅਤੇ ਆ ਦੁਪਹਿਰ ਦਾ 1:30 ਵਜੇ ਦਾ ਟਾਈਮ ਹੋਣਾ, ਅਤੇ ਮੈਂ ਫਿਰ ਕਸਟਰਡ ਬਣਾ ਲਿਆ, ਅਤੇ ਫਿਰ ਠੰਡਾ ਠੰਡਾ ਆਪਾਂ ਕਸਟਰਡ ਖਾ ਲਾਂਗੇ ਰੋਟੀ ਤੋਂ ਬਾਅਦ, ਕਿਉਂਕਿ ਹੁਣ ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ ਕਿ ਠੰਡੇ ਠੰਡਾ ਬਸ ਕੁਛ ਖਾਂਦੇ ਰਹੋ ਤਾਂ ਠੀਕ ਹੈ, ਨਹੀਂ ਤਾਂ ਬੁਰਾ ਹਾਲ ਹੋਇਆ ਰਹਿੰਦਾ। ਅਤੇ ਆ 2-3-4 ਪੀਸ ਜੀ ਮੈਂ ਰਸਾਂ ਦੇ ਲਿੱਤੇ ਨੇ, ਅਤੇ ਰਸਾਂ ਦੇ ਵਿੱਚ ਹੀ ਫਿਰ ਮੈਂ ਕਸਟਰਡ ਨੂੰ ਪਾ ਦਿੱਤਾ, ਅਤੇ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ, 1-1.5 ਘੰਟੇ ਵਾਸਤੇ ਰੱਖਾਂਗੇ, ਆਪਾਂ ਜ਼ਿਆਦਾ ਨਹੀਂ ਰੱਖਣਾ, ਫਿਰ ਇਹਦੇ 'ਚ ਬਰਫ਼ ਜੀ ਜੰਮ ਜਾਏਗੀ ਨਾ, ਫਿਰ ਇਹਨਾਂ ਜ਼ਿਆਦਾ ਟੇਸਟੀ ਨਹੀਂ ਲੱਗਣਾ ਹੈਗਾ। ਚਲੋ ਜੀ, ਸਬਜ਼ੀ ਮੈਂ ਪਹਿਲਾਂ ਬਣਾਤੀ ਸੀਗੀ, ਅਤੇ ਬਸ ਚੈੱਕ ਕਰਦੀ ਪਈ ਸੀਗੀ ਕਿ ਪੱਕ ਗਈ ਕਿ ਨਹੀਂ ਸਬਜ਼ੀ ਆਲੂ ਵਗੈਰਾ। ਚਲੋ ਜੀ, ਹੁਣ ਸਬਜ਼ੀ ਨੂੰ ਮੈਂ ਦੁਬਾਰਾ ਗਰਮ ਕੀਤਾ, ਅਤੇ ਇੱਧਰ ਆਪਣੇ ਕੋਲ ਹੈਗਾ ਜੀ ਰਾਇਤਾ। ਰਾਇਤਾ ਜੀ ਮੈਂ ਪੇਠੇ ਦਾ ਬਣਾਇਆ ਸੀ, 2-3 ਦਿਨ ਪਹਿਲਾਂ ਬਣਾਇਆ ਸੀ, ਉਹ ਪਿਆ ਹੋਇਆ ਸੀ ਫਰਿੱਜ 'ਚ, ਫਿਰ ਮੈਂ ਉਹੀ ਦੇ ਤਾ ਬੇਟੇ ਨੂੰ, ਅਤੇ ਬਸ ਫਟਾਫਟ ਫੁਲਕੇ ਬਣਾਉਣ ਲੱਗੀ ਹਾਂ। ਇਸ ਟਾਈਮ 'ਤੇ ਇੰਨੀ ਜ਼ਿਆਦਾ ਗਰਮੀ ਦੀ ਮਾਰ ਪੈ ਰਹੀ ਹੈ ਨਾ, ਬਹੁਤ ਜ਼ਿਆਦਾ ਬੁਰਾ ਹਾਲ ਹੈ, ਪਸੀਨੇ ਨਾਲ ਬੁਰਾ ਹਾਲ ਹੋਇਆ ਪਿਆ, ਅਤੇ ਖੜ੍ਹਨਾ ਤਾਂ ਮੈਨੂੰ ਵੈਸੇ ਹੀ ਬਹੁਤ ਔਖਾ ਹੋ ਰਿਹਾ, ਮੇਰੀ ਲੱਤਾਂ 'ਚ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ। ਅਤੇ ਹੁਣ ਜੀ ਦੁਪਹਿਰੇ ਅਸੀਂ ਜਿਹੜੀ ਵੀਡੀਓ ਬਣਾਈ ਸੀ ਨਾ ਗਰਮੀ ਦੇ ਵਿੱਚ, ਉਹ ਵੀਡੀਓ ਦੇ ਟੋਟੇ ਵੀ ਕੱਟੇ ਗਏ, ਵੀਡੀਓ ਔਨ ਰਹੀ ਹੈ ਪਰ ਵੀਡੀਓ ਸ਼ੂਟ ਨਹੀਂ ਹੋਈ, ਪਤਾ ਨਹੀਂ ਕੀ ਹੋਇਆ, ਬਾਅਦ 'ਚ ਜਦੋਂ ਜੋੜਨ ਲੱਗੇ ਨਾ ਉਦੋਂ ਪਤਾ ਚੱਲਿਆ ਵੀ ਉਹ ਟੋਟੇ ਹੈ ਹੀ ਨਹੀਂ ਗਏ, ਵੀਡੀਓ ਬਣੀ ਹੀ ਨਹੀਂ ਹੈ।
ਇੰਨਾ ਜ਼ਿਆਦਾ ਦਿਮਾਗ ਖਰਾਬ ਹੋ ਜਾਂਦਾ। ਫਿਰ ਉਸ ਤੋਂ ਬਾਅਦ ਜੀ ਸਿੱਧੇ ਹੁਣ ਤੁਹਾਨੂੰ ਮੈਂ ਸ਼ਾਮ ਦੀ ਵੀਡੀਓ ਦਿਖਾ ਰਹੀ ਹਾਂ, ਕਿਉਂਕਿ ਉਹ ਟੋਟੇ ਤਾਂ ਬਣੇ ਹੀ ਨਹੀਂ ਆਪਣੇ ਜਿਹੜੇ ਦੁਪਹਿਰ ਦੇ ਸੀ ਨਾ, ਰੋਟੀ ਦੇ ਖਾਣ ਦੇ ਮੇਰੇ ਹੋਰ ਵੀ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨਾ ਸੀ। ਮੈਂ ਜਿਹੜੇ ਕਸਟਰਡ ਦੀ ਰੈਸਪੀ ਵੀ ਸ਼ੇਅਰ ਕਰਨੀ ਸੀ ਪੂਰੀ। ਅਤੇ ਹੁਣ ਜੀ ਇਹ ਸ਼ਾਮ ਰਾਤ ਦੀ ਰੋਟੀ ਹੈ ਆਪਣੀ। ਅਤੇ ਲਓ ਜੀ ਆਪਣੀ ਪਲੇਟ ਲਗਾ ਲਈ ਹੈ ਮੈਂ, ਅਤੇ ਹੁਣ ਕਰਨ ਲੱਗੇ ਹਾਂ ਆਪਾਂ ਡਿਨਰ। ਅਤੇ ਆ ਜਾਓ ਫਰੈਂਡ, ਤੁਸੀਂ ਵੀ ਡਿਨਰ ਕਰ ਲਓ ਸਾਡੇ ਨਾਲ। ਅਤੇ ਜੇ ਫਰੈਂਡ ਤੁਹਾਨੂੰ ਮੇਰੀ ਵੀਡੀਓ ਜਾਂ ਮੇਰੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਵੀ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਵੀ ਮੈਨੂੰ ਜ਼ਰੂਰ ਦੱਸਿਆ ਕਰੋ ਵੀ ਮੈਂ ਕਿੱਥੇ ਗਲਤੀ ਕਰਦੀ ਪਈ ਹਾਂ ਅਤੇ ਕਿੱਦਾਂ ਦੀ ਵੀਡੀਓ ਮੈਨੂੰ ਬਣਾਉਣੀ ਚਾਹੀਦੀਆਂ ਨੇ। ਆਪਣੇ ਸੁਝਾਅ ਵੀ ਮੈਨੂੰ ਜ਼ਰੂਰ ਦਿਆ ਕਰੋ।